ਧੰਨ ਨਾਨਕ ਤੇਰੀ ਵੱਡੀ ਕਮਾਈ, 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 ਧੰਨ ਨਾਨਕ ਤੇਰੀ ਵੱਡੀ ਕਮਾਈ। ਸਿੱਧ ਬੋਲਣ ਸੁਭ ਬਚਨ, ਸਿੱਧ ਬੋਲਣ ਸੁਭ, ਸਿੱਧ ਬੋਲਣ ਸੁਭ ਬਚਨ, ਸਿੱਧ ਬੋਲਣ, ਸਿੱਧ ਬੋਲਣ ਸੁਭ ਬਚਨ, ਸਿੱਧ ਬੋਲਣ। ਧੰਨ ਨਾਨਕ ਤੇਰੀ ਵੱਡੀ ਕਮਾਈ, ਧੰਨ ਨਾਨਕ ਤੇਰੀ ਵੱਡੀ ਕਮਾਈ, ਧੰਨ ਨਾਨਕ ਤੇਰੀ ਵੱਡੀ ਕਮਾਈ।
ਪਾਤਸ਼ਾਹ ਜੀ ਦੇ ਚਰਨਾਂ ਦਾ ਧਿਆਨ ਧਰ ਕੇ ਅਰਦਾਸ ਕਰਦਾ ਹੈ ਨਾ, ਤੇ ਫਿਰ ਗੁਰੂ ਨਾਨਕ ਪਾਤਸ਼ਾਹ ਉਹਦੀ ਕੀ ਰੱਖਦੇ ਆ? ਲਾਜ ਰੱਖਦੇ ਆ, ਉਹਦੀ ਪੈਜ ਰੱਖਦੇ ਆ, ਤੇ ਸਾਰੇ ਜਾਣੇ ਮਿਲ ਕੇ ਗਾਇਓ ਗੁਰ ਨਾਨਕ ਮੇਰੀ, ਬੋਲੋ ਗੁਰ ਨਾਨਕ ਮੇਰੀ ਪੈਜ ਸਵਾਰੀ। ਆਓ ਸ਼ਬਦ ਸਰਵਣ ਕਰੀਏ, ਗੁਰ ਨਾਨਕ ਮੇਰੀ ਪੈਜ ਸਵਾਰੀ। ਵਾਹਿਗੁਰੂ ਜੀ ਕਾ ਖਾਲਸਾ। ਸਵਾਰੀ
ਸਿੱਧ ਬੋਲਣ ਸੁਭ ਬਚਨ ਸਿੱਧ ਬੋਲਣ ਧੰਨ ਨਾਨਕ ਤੇਰੀ ਵੱਡੀ ਕਮਾਈ ਧੰਨ ਨਾਨਕ ਤੇਰੀ ਧੰਨ ਨਾਨਕ ਤੇਰੀ ਵੱਡੀ ਕਮਾਈ ਧੰਨ ਨਾਨਕ ਤੇਰੀ ਵੱਡੀ ਕਮਾਈ ਕਰ ਸਕਦੇ ਹਾਂ ਅਸੀਂ ਮੂਲ ਮੰਤਰ ਦਾ ਜਾਪ ਕਰ ਸਕਦੇ ਹਾਂ ਬਹੁਤ ਅੱਛੇ ਅਸੀਂ ਮੂਲ ਮੰਤਰ ਜੋ ਗੁਰੂ ਨਾਨਕ ਪਾਤਸ਼ਾਹ ਜੀ ਨੇ ਸਾਨੂੰ ਮੂਲ ਮੰਤਰ ਦੀ ਬਖਸ਼ਿਸ਼ ਕੀਤੀ ਇੱਕ ਓਅੰਕਾਰ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਕੁਦਰਤ ਦੀ ਸੰਭਾਲ ਕਰਦਿਆਂ ਹੋਇਆਂ ਪੁਰਬ ਮਨਾਇਓ ਫਿਰ ਗੁਰੂ ਨਾਨਕ ਤੁਹਾਡੇ ਤੇ ਤਰੁੱਠੇਗਾ ਤੇ ਫਿਰ ਜਿਨ੍ਹਾਂ ਨੇ ਗੁਰੂ ਨਾਨਕ ਪਾਤਸ਼ਾਹ ਨੂੰ ਸੁਣਿਆ ਦੇਖਿਆ ਉਹ ਕਦੇ ਵੀ ਇਸ ਜਨਮ ਮਰਨ ਦੇ ਗੇੜ ਚ ਨਹੀਂ ਆਉਂਦੇ ਇਹਦੀ ਗਵਾਹੀ ਗੁਰੂ ਰਾਮਦਾਸ ਪਾਤਸ਼ਾਹ ਦੀ ਬਾਣੀ ਭਰਦੀ ਹੈ ਜਿੱਥੇ ਗੁਰੂ ਰਾਮਦਾਸ ਪਾਤਸ਼ਾਹ ਕਹਿੰਦੇ ਨੇ ਗੁਰ ਨਾਨਕ ਜਿਨ ਸੁਣਿਆ ਦੇਖਿਆ ਸੇ ਫਿਰ ਗਰਭਾਸ ਨਾ ਭਰਿਆ ਰੇ ਉਹ ਬੰਦਾ ਜਿਹਨੇ ਗੁਰੂ ਨਾਨਕ ਪਾਤਸ਼ਾਹ ਦੀਆਂ ਸਿੱਖਿਆਵਾਂ ਨੂੰ ਮੰਨ ਲਿਆ ਅਮਲ ਕਰ ਲਿਆ ਉਹ ਫਿਰ ਇਸ ਜਨਮ ਮਰਨ ਦੇ ਗੇੜ ਚੋਂ ਵੀ ਨਿਕਲ ਜਾਂਦਾ ਆ ਸੋ ਪਿਆਰੇ ਬੱਚਿਓ ਇੱਥੇ ਸਮਾਗਮ ਦੀ ਸਮਾਪਤੀ ਹੈ ਆਪ ਸਭਨਾਂ ਨੂੰ ਦੁਨੀਆਂ ਦੇ ਸਾਂਝੇ ਰਹਿਬਰ ਜਗਤ ਗੁਰੂ ਨਾਨਕ ਵਲੀ ਪੀਰੇ ਹਿੰਦ ਗੁਰੂ ਬਾਬਾ ਜਗਤ ਗੁਰੂ ਬਾਬਾ ਗੁਰੂ ਨਾਨਕ ਪਾਤਸ਼ਾਹ ਜੀ ਦੇ ਆਗਮਨ ਪੁਰਬ ਦੀਆਂ ਬੇਅੰਤ ਬੇਅੰਤ ਵਧਾਈਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ